ਅਸਲਾਮੁਅਲੈਕਮ ਜੀ, ਇਸ ਟਾਈਮ ਅਸੀਂ ਦਰਿਆ ਰਾਵੀ ਦੇ ਉੱਤੇ ਆ। ਅਸੀਂ ਗੱਡੀਆਂ ਦੇ ਵਿੱਚ ਆਏ, ਗੱਡੀਆਂ ਸਾਡੀਆਂ ਤੇ ਆ ਕੈਮਰਾਮੈਨ ਆ, ਗੱਡੀਆਂ ਫਸ ਗਈਆਂ ਸਾਡੀਆਂ ਛੋਟੀਆਂ ਪਿਛਾਂ। ਆ ਵੱਡਾ ਜਿਹੜਾ ਰੂਸੀ ਟਰੈਕਟਰ ਆ, ਆ ਜਿਹਨੂੰ ਸਵਾਰ ਚੁਨਰ ਸਾਧਦੇ ਆ, ਇਹ ਸਿਰਫ ਅੱਗੇ ਆਈ ਆ, ਬਾਕੀ ਨਿੱਕੀਆਂ ਸਾਰੀਆਂ ਉਹ 480 ਫੀਟ ਪਿੱਛੇ ਹੀ ਫਸ ਗਈਆਂ। ਤੇ ਅਸੀਂ ਉੱਥੋਂ ਲੱਥ ਕੇ ਤੇ ਹੁਣ ਗਾਹਾਂ ਆਇਆ। ਇੱਥੇ ਸਾਡੀ ਚੱਲਣੀ ਆ ਸ਼ੂਟਿੰਗ, ਇੱਥੇ ਫਿਲਮ ਬਣਨੀ ਆ। ਇੰਡੀਆ ਦੇ ਅਦਾਕਾਰ ਆਏ ਹੋਏ, ਉਹਨਾਂ ਦੇ ਨਾਲ ਰਲ ਕੇ ਅਸੀਂ ਫਿਲਮ ਬਣਾਉਣੀ ਆ। ਆ ਦਰਿਆ ਦੇ ਉੱਤੇ ਆ, ਰਾਵੀ ਦੇ ਉੱਤੇ, ਮਿੰਟ ਗੁਮਰੀ ਇਸ ਪਾਸੇ ਆ, ਲੈਲਪੁਰ ਇਸ ਪਾਸੇ ਆ, ਵਿਚਾਲੇ ਅਸੀਂ ਖਲੋਤੇ ਆ। ਇੱਥੇ ਅਸੀਂ ਹੁਣ 8-10 ਸੀਨ ਕਰਨੇ ਆ, 8-10 ਸੀਨ ਕਰਕੇ ਫਿਰ ਅਸੀਂ ਸ਼ਾਮਾਂ ਨੂੰ ਘਰ ਜਾਣਾ, ਦਾਲਾਂ ਕੱਢ ਤੇ ਇੱਥੇ ਸ਼ੂਟਿੰਗ ਪੂਰੀ ਫਿਲਮ ਬਣੂਗੀ। ਫਿਰ ਫਿਲਮ ਦੇ ਨਾਲ ਫਿਰ ਤੁਹਾਨੂੰ ਨਾਲ ਦਿਖਾਉਂਦੇ ਆ ਵੀ ਅਸੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਹੈ। ਸ਼ੂਟਿੰਗ ਹੋ ਰਹੀ ਹੈ, ਬਣਿਆ ਹੋਇਆ ਕਮਲਜੀਤ, ਸਾਨੂੰ ਕਰਨਾ ਨਹੀਂ ਆਉਂਦਾ ਭਾਈ, ਆਪਣੇ ਆਪਣੀ ਜ਼ਿੰਮੇਵਾਰੀ ਤੇ ਬਣਨਾ। ਏਦਾਂ ਮੈਂ ਹੱਥ ਕਰੂੰਗਾ, ਤੂੰ ਏਦਾਂ ਹੱਥ ਛੱਤ ਦੇ, ਮੈਂ ਐਂ ਤੈਨੂੰ ਨਾ ਨਾ ਮੈਂ ਕੱਢ ਲੂੰਗਾ ਜਿਵੇਂ ਆਟੇ ਚੋਂ ਵਾਲ ਛਿੱਕੀ ਦਾ। ਏਦਾਂ ਲਓ ਜੀ, ਅਸੀਂ ਸ਼ੂਟਿੰਗ ਦੇਖ ਰਹੇ ਹਾਂ, ਉੱਥੇ ਸ਼ੂਟਿੰਗ ਹੋ ਰਹੀ ਹੈ, ਪਰ ਚੜ੍ਹਦੇ ਪੰਜਾਬ ਵਾਲੇ ਕਰ ਰਹੇ ਹਾਂ। ਅਸੀਂ ਲੇਕੇ ਵਾਲੇ ਬੈਠੇ ਦੇਖ ਰਹੇ ਹਾਂ, ਕਈ ਬੰਦੇ ਚਾਹੀਦੇ ਸੀ ਜਿਹਨਾਂ ਨੂੰ ਬਾਹਰ ਚਾਹ ਦੀ ਸ਼ੂਟਿੰਗ ਦੇਖਣ ਦਾ, ਬੜੀ ਦੂਰ ਗਏ, ਹੁਣ ਮੂੰਹ 'ਚ ਲਟਕਾਈ ਖਲੋਤੇ। ਭਲਾ ਜਿਹੜੇ ਬੰਦੇ ਕਰ ਰਹੇ ਕੰਮ, ਉਹਨਾਂ ਨੂੰ ਤਾਂ ਸੌਖਾ ਟਾਈਮ ਟੱਪ ਜਾਂਦਾ, ਜਿਹੜੇ ਦੇਖ ਰਹੇ ਆ ਉਹਨਾਂ ਦਾ ਬੜਾ ਔਖਾ ਟੱਪਦਾ। ਉਹ ਦੇਖਦਾ ਬੈਠੇ ਆ, ਉਹ ਜਿਵੇਂ ਸਾਸ ਨਾ ਉਹਦੀ ਚੁਗਲੀਆਂ ਕਰਦੇ, ਰੂਹ ਮਾਰ ਗਏ ਹੱਥ ਲਾ। ਨਾਸਰਟੀ ਲੋਕ ਗੱਡੀ ਦੇ ਵਿੱਚ ਬੈਠਾ ਚਲਾ ਕੇ ਠੰਡੀ ਹਵਾ। ਬੜੀ ਸਟੋਰੀ ਹੈ, ਬੜੀ ਸਟੋਰੀ ਹੈ, ਮੈਂ ਹੀਰੋ ਹਾਂ, ਮੈਨੂੰ ਬਣਾ ਲਓ ਹੀਰੋ। ਇੱਥੋਂ ਜੀ ਡਰਾਈਵਰ ਆ ਵੀ ਤੋਂ ਅਸੀਂ ਛੁੱਟੀ ਪੂਰੀ ਕਰ ਲਈ, ਤੇ ਇੱਥੇ ਟੂਵਲ ਸੀ, ਮਗਰ ਟੂਵਲ ਦੇ ਉੱਤੇ ਨਹਾਤੇ ਤੇ ਬੱਬਾ ਚੱਲਦਾ ਸੀ, ਨਹਾ ਕੇ ਤੇ ਹੁਣ ਨਿਕਲਣ ਲੱਗੀਆਂ ਸੀ, ਗੱਡੀਆਂ ਦੇ ਵਿੱਚ ਬੈਠ ਰਹੇ ਹਾਂ ਤੇ ਬੈਠ ਕੇ ਹੁਣ ਜਾਣ ਲੱਗੇ ਹਾਂ ਪਿੱਛੇ ਰਹਿਮੇ ਸ਼ਾਹ। ਠੀਕ ਹੈ ਜੀ, ਅਸੀਂ ਵੀ ਦਰਿਆ ਰਾਵੀ ਤੋਂ ਆਪਣੇ ਘਰੇ ਪਹੁੰਚ ਗਏ ਆ, ਤੇ ਸਾਡੇ ਨਾਲ ਕੋਟ ਸ਼ਰੀਫ ਤੋਂ ਮੁਲਾਨ ਸ਼ਾਹ ਸਾਹਿਬ ਜੀ ਸਾਡੇ ਨਾਲ ਮੌਜੂਦ ਆ, ਦਰਿਆ ਤੇ ਵੀ ਸਾਡੇ ਮਗਰ ਪਹੁੰਚੇ ਸੀ ਤੇ ਇੱਥੇ ਵੀ, ਤੇ ਸ਼ਾਮ ਨੂੰ ਗੁਰਚੇਤ ਬਾਈ ਹੋਰਾਂ ਨੇ ਸ਼ਾਹ ਸਾਹਿਬ ਹੋਰਾਂ ਕੋਲ ਹੀ ਹੋਣਾ, ਤੇ ਕੱਲ੍ਹ ਨੂੰ ਫਿਰ ਦਿਨੇ ਸ਼ੂਟਿੰਗ ਚੱਲੂਗੀ ਇਨਸ਼ਾਅੱਲਾ ਤਾਲਾ, ਤੁਸੀਂ ਕੱਲ੍ਹ ਵੀ ਸਾਡੇ ਨਾਲ ਹੋ। ਹਾਂ ਇਨਸ਼ਾਅੱਲਾ ਤਾਲਾ ਜੀ, ਕਾਹੇ ਉੱਧਰ ਦਿਖਾ ਕੇ, ਬਲਕਿ ਚੱਲ ਮੈਂ ਨਾਲ ਰਾਣਾ ਹਸਨ ਸਾਹਿਬ ਆਏ ਜੀ ਲਾਹੌਰ ਤੋਂ, ਬਹਿਰੀਆ ਟਾਊਨ ਮੇਨ ਬਾਜ਼ਾਰ, ਇਮਰਾਨ ਮਾਨ ਸਾਹਿਬ ਜੀ ਸਮੁੰਦਰੀ, ਇੱਕ ਇੱਕ ਦੋ ਦੋ ਉੱਥੋਂ ਆਏ ਜੀ ਰੈਸਕਿਊ ਤੋਂ, ਆਹ ਦੋ ਆਪਣੇ ਬੰਦੇ ਆ, ਸਾਡੇ ਦੋ ਪ੍ਰਾਹੁਣੇ ਆ, ਇੱਧਰ ਨੂੰ ਲੈ ਬਾਹਰ ਨਿਕਲ।
बड़ा महंगा मेकअप है। तुसी देखो इसकी कीमत कदे गूगल दे उत्ते देखो 80,000 दी कीमत ए मेकअप है। खराब नहीं 80,000 तुहाडा इंडियन इंडियन साडा तो चाइना चूना लग गए इतवार नहीं करना चाहिए नहीं भाजी ना शैनिंग आंदी हुंदी स्प्रे का छट्टा भी मर गया यार आ स्प्रे लिया इधर चेता जी मेकअप कर रहा फिल्म की शूटिंग चल रही है फिल्म सांझा पंजाब बहुत बहुत चंगी फिल्म अद्धी उधरले पंजाब च बनी है चढ़दे च अद्धी लहिंदे च बनी है। मैं कहना भी अज साढ़े दो सीन होए ने वैसे हुंदे तां 3-4 कर दिंदे हुंदे आ पर अज भाजी दे रिश्तेदार मिलण वाले बहुत आ जांदे ने भाजी प्यार वाला करदे आ थोड़े लोग हां प्यार करदे प्यार करदे प्यार करदे जी खीरे लेके जांदे इत्थों दुबई मिले ने ਜਦੋਂ ਦੇ ਮੇਰੇ ਵੀਰ ਦਵਾਈ ਮਿਲੇ ਨੇ ਦਵਾਈ ਅਸੀਂ ਇਕੱਠਿਆਂ ਨੇ ਰਹਿਆ ਅਸੀਂ ਨਾਸਰ ਭਾਜੀ ਕੋਲੇ ਬੁਲਾਉਣ ਵਾਲੇ ਤਾਂ ਨਾਸਰ ਭਾਜੀ ਸੀਗੇ ਨਾਸਰ ਨੇ ਤਾਂ ਸਾਰੀ ਦੁਨੀਆ ਮਿਲਾਤੀ ਹੈਨਾ ਆਪਾਂ ਤਾਂ ਚਲੋ ਕਿਸ ਬਾਗ ਦੀ ਮੂਣੀ ਆ ਤੇ ਉਦੋਂ ਉੱਥੇ ਮਿਲੇ ਉੱਥੇ ਬੜਾ ਪਿਆਰ ਇਹਨਾਂ ਨੇ ਬੜਾ ਮੁਹੱਬਤ ਕਰੀ ਬਹੁਤ ਬਹੁਤ ਜ਼ਿਆਦਾ ਇੱਜ਼ਤ ਇਹਨਾਂ ਦੀ ਹੋਰ ਵੀ ਵੱਧ ਗਈ ਇਹਨਾਂ ਨੂੰ ਸੁਣਦੇ ਹੁੰਦੇ ਸੀਗੇ ਦੇਖਦੇ ਹੁੰਦੇ ਸੀਗੇ ਟੀਵੀ ਦੇ ਉੱਤੇ ਇਹ ਸਾਨੂੰ ਦੇਖਦੇ ਹੁੰਦੇ ਸੀਗੇ ਇਹ ਸਾਨੂੰ ਬਹੁਤ ਵੱਡਾ ਫਨਕਾਰ ਸਮਝਦੇ ਤੇ ਅਸੀਂ ਤੁਹਾਨੂੰ ਬਹੁਤ ਵੱਡਾ ਤੁਸੀਂ ਹੈ ਹੀ ਵੱਡੇ ਫਨਕਾਰ ਤੇ ਇਹ ਤਾਂ ਸਾਡੇ ਬਖਤਾਂ ਦੀ ਗੱਲ ਆ ਤੁਹਾਡੇ ਨਾਲ ਅਸੀਂ ਸਾਡਾ ਨਾਮ ਜੁੜ ਗਿਆ ਤੁਹਾਡੇ ਨਾਲ ਅਦਾਕਾਰੀ ਕਰਕੇ ਇਹ ਇਹੀ ਅਸੀਂ ਚਾਹੁੰਦੇ ਸੀ ਆਜ਼ਾਦ ਹੈ ਸਾਡੇ ਆਜ਼ਾਦ ਆ ਸਾਡੇ ਵਾਸਤੇ ਤੁਹਾਡੇ ਨਾਲ ਕਿਸੇ ਫਰੇਮ ਵਿੱਚ ਆ ਜਾਣਾ ਤੁਹਾਡੇ ਨਾਲ ਕੈਮਰੇ ਚ ਆ ਗਏ ਨਹੀਂ ਨਹੀਂ ਯਾਰ ਕੱਲ ਮੈਂ ਨਾ ਨਨਕਾਣਾ ਸਾਹਿਬ ਮਿਲਿਆ ਉੱਥੇ ਅਮਰੀਕਾ ਤੋਂ ਸਿੱਖ ਆਏ ਹੋਏ ਸੀ ਅਮਰੀਕਾ ਤੋਂ ਸਿੱਖ ਕਹਿੰਦੇ ਵੀ ਅਸੀਂ ਕਿਸੇ ਫਨਕਾਰ ਨਾਲ ਫੋਟੋ ਨਹੀਂ ਕਰਾਉਂਦੇ ਤੇਰੇ ਨਾਲ ਹੀ ਕਰਵਾ ਰਿਹਾ ਹਾਏ 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 ਕਹਿੰਦੇ ਤੂੰ ਹੀ ਹੈ ਜਿਹੜਾ ਸੱਚ ਬੋਲਦਾ ਮੈਂ ਕਿਹਾ ਸਾਡਾ ਕਹਿੰਦਾ ਸੱਚ ਤਾਂ ਸੱਚ ਹੀ ਹੈ ਨਾ ਦੇਖੋ ਕਲਾਕਾਰ ਸਮਾਜ ਦਾ ਇੰਨਾ ਹੁੰਦਾ ਕੀ ਗਲਤ ਹੋ ਰਿਹਾ ਕੀ ਸਹੀ ਹੋ ਰਿਹਾ ਉਹ ਕਲਾਕਾਰ ਨੂੰ ਦੱਸਣਾ ਹੁੰਦਾ ਵੀ ਯਾਰ ਐ ਐ ਗਲਤ ਹੈ ਇਹਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਜੇ ਆਪਾਂ ਕਹਿੰਦੇ ਹੁੰਦੇ ਨੇ ਤਲਵੇ ਚੱਟਣ ਵਾਸਤੇ ਤਾਂ ਨਾ ਵਾਹ 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 ਬਗਾਵਤ ਕਰਨ ਵਾਸਤੇ ਜਿਹੜਾ ਚਾਹੀਦਾ ਵੱਡੀ ਗੱਲ ਹੈ ਕਿਆ ਬਾਤ ਜੇ ਮੈਂ ਤਲਵੇ ਚੱਟਣ ਵਾਲਾ ਹੁੰਦਾ ਹੁਣ ਐਮਪੀ ਜਾਂ ਐਮਐਲਏ ਹੁੰਦਾ शाहरुख खान ने करना कहूगा दूजा पानी पाओ पानी पाओ भी मैं नहीं बढ़ता मेरी स्किन खराब हो जाऊगी इन्हों का भी दरियावां का पानी काला है पर फैक्ट्रिया का सारा पानी जहरीला पानी है पानी साढ़े भी इदा ही है ਸਾਡੇ ਸਾਰਾ ਸਤਲੁਜ ਇਦਾਂ ਹੀ ਹੈ ਤੇ ਜਿੰਨਾ ਵੀ ਜ਼ਹਿਰੀਲ ਫੈਕਟਰੀਆਂ ਦਾ ਜਿੰਨਾ ਵੀ ਗੰਦ ਮੰਦ ਹੈ ਸਾਰਾ ਉਹਦੇ ਵਿੱਚ ਸੁੱਟਦੇ ਆ ਅਸੀਂ ਉਹਦੇ ਵਿੱਚ ਕੰਮ ਕਰਕੇ ਆ ਅਸੀਂ ਓਰੀਜਨਲ ਬਣਾਉਣਾ ਚਾਹੁੰਦੇ ਆ ਸਰ ਤੁਸੀਂ ਹੋ ਹੀ ਓਰੀਜਨਲ ਐਕਟਰ ਤੇ ਫਿਰ ਓਰੀਜਨਲ ਵੀ ਵਿਖਾਣਾ ਹੈ ਤੁਸੀਂ ਵਾਹ 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 ਆ ਦੇਖੋ ਜੀ ਕਿੰਨੇ ਖੂਬਸੂਰਤ ਹੋ ਗਏ ਇੱਕ ਕੋਟ ਇੱਕ ਆ ਵੀ ਕਰਾ ਲਓ ਇੱਕ ਕੋਟ ਇੱਧਰ ਵੀ ਕਰ ਜਾ ਇਹਦਾ ਜੀ ਜਿਹੜਾ ਤੁਹਾਡੇ ਕਹਿੰਦੇ ਆ ਕਿ ਵੱਡੇ ਦਾ ਕਿਉਂ ਜੀ ਅਸਾਂ ਵੀ ਵੱਡੇ ਅਦਾਕਾਰ ਦੇ ਨਾਲ ਬੰਦਾ ਕੈਮਰੇ 'ਚ ਆ ਜਵੇ ਨਾ ਉਹ ਵੀ ਹੌਲੀ ਹੌਲੀ ਅਦਾਕਾਰ ਬਣ ਜਾਵੇ
ਮੌਕਾ ਜੀ ਤੁਸੀਂ ਤੁਸੀਂ ਤੁਹਾਡੇ 'ਚ ਟੈਲੈਂਟ ਹੈ, ਤੁਸੀਂ ਬੋਲਦੇ ਹੋ, ਤੁਸੀਂ ਚੰਗਾ ਬੋਲਦੇ ਹੋ, ਤੁਸੀਂ ਸਮਾਜ ਨੂੰ ਸੇਧ ਦਿੰਦੇ ਹੋ, ਤੁਹਾਡੇ ਸੁਣਨ ਵਾਲੇ ਕੰਨ ਚੰਗੇ ਆ। ਬਹੁਤ ਸਾਰੀਆਂ ਫਿਲਮਾਂ ਕੱਠੀਆਂ ਕਰੀਆਂ ਨੇ, ਸੱਤ ਸਾਲੀਆਂ ਹੋਰ ਬੜੀਆਂ ਤਿਆਰ ਹੋ ਗਏ ਨੇ ਫਿਲਮ ਦੇ ਵਾਸਤੇ, ਹੁਣ ਪਗੜੀ ਬੰਨਣਗੇ। ਅਸੀਂ ਇਹਨਾਂ ਦੀ ਪਗੜੀ ਵਾਲਾ ਰੱਖਿਆ ਕਿਉਂਕਿ ਪਗੜੀ ਸਾਡੇ ਸਿਰ ਦਾ ਤਾਜ ਹੁੰਦੀ ਹੈ। ਚਲੋ ਜੀ ਲਾਗ ਚੱਲਦਾ। ਲਓ ਜੀ ਮੇਰਾ ਪਹਿਲਾ ਸੀਨ ਆ ਗਿਆ ਫਿਲਮ ਦੇ ਵਿੱਚ, ਜੋਈਆ ਸਾਹਿਬ ਦਾ ਦਿਖਾਈ, ਜੋਈਆ ਸਾਹਿਬ ਦਾ ਸੀਨ ਵਿੱਚ ਹੋ ਗਿਆ। ਮੇਰਾ ਹੁਣ ਸੀਨ ਆ, ਮੈਂ ਹੁਣ ਸੀਨ ਪਹਿਲਾ ਸੀਨ ਆ ਮੇਰਾ, ਇਹ ਆਪਣਾ ਇਕੱਠਾ ਸੀਨ ਵੀ ਆ, ਕੁਆੜੀ ਲੈ ਕੇ ਮੇਰੇ ਵੱਲ ਹੀ ਆ। ਚਿੱਟੇ ਕੱਪੜਿਆਂ ਚ ਮੇਰਾ ਹੋਰ ਕੰਮ ਆ ਫਿਲਮ ਦੇ ਵਿਚ, ਮੈਂ ਵਰਦੀ ਨੀ ਪਾਈ, ਇਹ ਪੁਲਸੀਏ ਬਣੇ। ਬੱਦਲ ਦਿਖਾ, ਬੱਦਲ ਹੋਏ ਹੋਏ ਆ, ਬੜੀ ਹਵਾ ਚੱਲ ਰਹੀ ਆ, ਬੜਾ ਪਿਆਰਾ ਮੌਸਮ ਆ, ਤੇ ਰਾਸ਼ਦ ਸਾਹਿਬ ਸਾਡੇ ਕੋਲ ਆਏ ਹੋਏ ਆ, ਬਸ ਅਸੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਲੱਗੇ ਆ, ਤਿਆਰੀ ਕਰ ਰਹੇ ਹਾਂ ਜੀ। ਕਿਹੜੀ ਫਿਲਮ ਹੈ? ਫਿਲਮ ਆ ਜੀ ਸਾਂਝਾ ਪੰਜਾਬ। ਹਾਂਜੀ ਰੁੜ ਕੇ ਆਏ ਆ, ਸਰਦਾਰ ਚੱਕੇ ਅਸੀਂ। ਅੱਛਾ ਚੱਕ ਲੇ। ਹਾਂਜੀ ਚੱਕ ਲੇ। ਆ ਜੀ ਬਹੁਤ ਵੱਡਾ ਇੰਡੀਆ ਦਾ ਅਦਾਕਾਰ ਆ, ਇਹਨਾਂ ਦਾ ਕੰਮ ਇਹਨਾਂ ਦੀ ਪਛਾਣ ਆ। ਅੱਗੇ ਰਾਸ਼ਦ ਇਕਬਾਲ ਸਾਹਿਬ ਕਹਿੰਦੇ ਸੀ, ਜਦੋਂ ਬੰਦੇ ਦਾ ਕੰਮ ਉਹਦੀ ਪਛਾਣ ਬਣ ਜੇ, ਸਮਝੋ ਉਹ ਕੰਮ ਠੀਕ ਕਰ ਰਿਹਾ। ਹਾਂਜੀ ਹਾਂਜੀ, ਤੁਹਾਨੂੰ ਟੀਵੀ 'ਚ ਦੇਖੀਦਾ ਸੀ, ਅੱਜ ਤੁਹਾਡੇ ਨਾਲ ਕਰਾਉਂਦੇ ਆ। ਅਸੀਂ ਵੀ ਟੀਵੀ 'ਚ ਦੇਖਦੇ ਆ ਜੀ, ਸਾਨੂੰ ਅਸੀਂ ਤੁਹਾਨੂੰ ਫੋਨਾਂ 'ਚ ਨਹੀਂ ਦੇਖਦੇ। ਹਾਂਜੀ ਅਸੀਂ ਸੋਚ ਰਹੇ ਸਾਨੂੰ ਵੱਡੀ ਸਕਰੀਨ 'ਤੇ ਦੇਖੀਏ। ਪੂਰਾ ਆ ਜਾਵੇ ਇੱਥੇ ਆ। ਸ਼ੰਮੀ ਹਾਂਜੀ ਆ ਜੀ, ਮੀਆਂ ਜਵੇਦ ਸਾਹਿਬ ਜੀ ਮੇਰੇ ਗਵਾਂਢੀ, ਇਹ ਵੀ ਫਿਲਮ ਦੇਖਣ ਆਏ ਆ, ਬਣਦੀ ਦੇਖਣ ਆਏ, ਫਿਰ ਜਦੋਂ ਬਣ ਜੂਗੀ ਫਿਰ ਦੇਖਣਗੇ। ਫਿਲਮ ਬਣ ਰਹੀ ਹੈ ਜੀ, ਅਸੀਂ ਇੱਧਰ ਖਲੋਤੇ ਹਾਂ, ਉਹ ਸ਼ੂਟਿੰਗ ਹੋ ਰਹੀ, ਦਿਖਾ। ਸ਼ੂਟਿੰਗ ਚੱਲ ਰਹੀ ਹੈ ਜੀ, ਅਸੀਂ ਤੁਹਾਨੂੰ ਨਾਲ ਨਾਲ ਦਿਖਾਈ ਜਾਂਦੇ ਹਾਂ, ਬਹੁਤਾ ਉੱਚੀ ਨਹੀਂ ਮੈਂ ਬੋਲ ਸਕਦਾ, ਬੰਦ ਕਰ। ਸ਼ੂਟਿੰਗ ਜੀ ਅਸੀਂ ਪੂਰਾ ਸੀਨ ਕਰ ਲਿਆ, ਹਜੇ ਮੀਂਹ ਪੈਣ ਲੱਗਾ ਸੀ, ਕੋਈ ਬਚਤ ਹੋ ਗਈ ਆ, ਹੁਣ ਗਾਂ ਸਰੋਇਆ ਦਾ ਸੀਨ ਆਉਣ ਲੱਗਾ ਜੀ, ਹੁਣ ਤੁਹਾਨੂੰ ਸਰੋਇਆ ਐਕਟਿੰਗ ਕਰਕੇ ਦਿਖਾਊਗਾ, ਤੇ ਅਸੀਂ ਲੁਕ ਛੁਪ ਕੇ ਡੇਰੇ ਡੰਡੇ ਤੇ ਕਰ ਰਹੇ ਹਾਂ। ਹਾਂਜੀ ਰਾਜ ਸਾਹਿਬ ਜੀ ਤਸ਼ਰੀਫ਼ ਲੈ ਕੇ ਆਏ ਉਚੇਚੇ ਜੀ, ਫਿਲਮ ਬਣਦੀ ਆ। ਹਾਂਜੀ ਰਾਜ ਸਾਹਿਬ ਜੀ ਸਾਡੇ ਕੋਲ ਆ ਗਏ, ਆਹ ਮੇਰੇ ਕੀ ਹੋ ਗਏ। ਅੱਛਾ
बहुत रौनक लगी है, शुक्र है रब का, बड़ी रौनक लगी साडे पिंड रमेश शाह। गलबात करते हैं फिर नाल नाल, हाँ राज साहब जो बैठेंगे फिर गल्लां बातां करांगे फिर रिकॉर्ड करा, हजे तो मेल मिलाप हो रहा बंद। हाँ जी शूटिंग पर चल रही है, मैं अस अपनी पूरा महफल ला के बैठिए, कोई गलबात करिए, साढ़े को साढ़े बुजुर्ग बैठे हैं, जनाब अल्लाह रखा साहब बैठे हैं, इन्होंने किन्ने साल हो गए तुम अदालत लखारी मुंशी साहब भी साढ़े रहमे साहब हैं, शफाक साहब बैठे हैं, हाँ जी उमर भाई साढ़े आए जी 455 तो साढ़े मेल मुलाकात वास्ते, मोहम्मद रिशाद साहब बैठे जी साढ़े दोस्त रहमे साहब, हाँ तो किराया अरफान सुखेरा साहब जी जड़ा लेते हैं, हाँ जी हंजराज साहब के नाल है अरफान सुखेरा साहब, मशहूर है उन्होंने माशाल्लाह, इन थोड़ा लाग कर किदा जी फिर जिंदगी 40 साल तो पाते पता ही नहीं लगे तो बड़ा पता लग गया, बहुत कुछ देखा, बहुत कुछ देखा, हालात और वाकयात कचहरी लोगों के हालात जो कि सामने आ रहे हैं, हाँ जी की गल कर रहे हैं, लोकल हाँ मुहाजर हाँ लड़ाइया झगड़े बहुत कुछ देखा, असी लोग सुलह कर जाते जेडे लोकल है ना ये नहीं कंप्रोमाइज लाते, ये कहते बदला जिन्ना चर ना लीए उन्ना चर साड़ा गुजारा नहीं, बड़े तजर्बे बड़े बड़े बहुत कुछ थे, एक ना ज्यादा झगड़े जमीन पुलिस अफसर का अगले दिन इंटरव्यू सुनिया, वो अपनी हम जिंदगी की कहानी दस सर्विस की कहानी दस रहा था, सर्विस के मैं कैसे कैसे वतू हुए तो कैसे कैसे मैं मसले मामला हल, मैं कहना उन्हें ऐसी ऐसी गल्लां सुनाती कि जिंदगी पहली बार सुनी लूह कंडे हो गए सुन के, तो उस गल का हूँ कई गल्लां तुसीं कैमरे च भी नहीं दस सकते, जो तुसीं लिखतियां जो लोगों ने तुहाडे उत्ते लिखवाईआं जो जो केस आए झूठे सच्चे साढ़े इत्थे इस तरह के किड़ियां किड़ियां दर्द वालियां कहानियां तुसीं हत्थां नाल लिखतियां, गल सुन जदों उह गल करना इत्थे आ के सामने दिखा दिओ कैसी कैसी दर्द वालियां कहानियां तुसीं लिखियां, किड्डे किड्डे कौड़े सच भी तुसीं लिखे, हाँ कौड़े सच भी झूठ बहुता हुंदा सच घट हुंदा है, पर मजमून नूं बनाउण वास्ते सच कूण नूं रलाउणा तां पैंदा, रलाउणा तां पैंदा, जिन्ना चिर ना रलाइए कहानी तोड़ नहीं चढ़दी, लूण मिर्च ना पाइए ते हांडी नहीं सही पकदी, हुण सब तों वड्डी गल इह है ਪਰਦੇਵਾਲ ਆਪਾਂ ਲੜ ਪਿਆ ਆਪਸ, ਤੁਸੀਂ ਮੈਨੂੰ ਮਾਰਿਆ ਮੁਖਲਿਫ ਜਗ੍ਹਾ ਤੇ ਮੇਰੇ ਚੋਟਾਂ ਆਈਆਂ ਜਾਂ ਹੋਰ ਦੋਵਾਂ ਚਾਰਾਂ ਨੇ ਮਾਰਿਆ, ਉਸ ਤੋਂ ਲੋਕ ਚਸ਼ਮਦੀਦ ਗਵਾਹ ਵੀ ਆ ਗਏ, ਠੀਕ ਹੈ ਨਾ, ਉਹ ਚਸ਼ਮਦੀਦ ਦੇਖ ਤਾਂ ਰਹੇ ਆ ਵੀ ਫਲਾਣਾ ਫਾਇਰ ਫਲਾਣੀ ਜਗ੍ਹਾ ਲੱਗਾ ਫਲਾਣੀ ਜਗ੍ਹਾ, ਲੇਕਿਨ ਜਦੋਂ ਦੂਬ ਦੂ ਲੜਾਈ ਹੁੰਦੀ ਆ ਮਾਮਲਾ ਤੋਂ ਕਿਸੇ ਕੀ ਪਤਾ ਹੁੰਦਾ ਕਿਹੜੇ ਨੇ ਕਿੱਥੇ ਮਾਰਿਆ ਕਿਹੜੇ ਨੇ ਕਿੱਥੇ ਮਾਰਿਆ, ਲੇਕਿਨ FIR 'ਚ ਸਾਨੂੰ ਇਹ ਲਿਖਣਾ ਪੈਂਦਾ, ਲਿਖਣਾ ਪੈਂਦਾ ਫਲਾਣੇ ਦੀ ਛੋੜ ਫਲਾਣੀ ਜਗ੍ਹਾ ਲੱਗੀ ਫਲਾਣੇ ਦੀ ਫਲਾਣੀ ਜਗ੍ਹਾ ਲੱਗੀ, ਅਗਰ ਅਸੀਂ ਅਦਾਲਤ 'ਚ ਇਹ ਗੱਲ ਨਹੀਂ ਦੱਸਦੇ ਮੁਲਜ਼ਮ ਨੂੰ ਸਜ਼ਾ ਨਹੀਂ ਹੁੰਦੀ ਹੈਗੀ, ਲੇਕਿਨ ਹੈਰਾਨਗੀ ਵਾਲੀ ਗੱਲ ਇਹ ਆ ਵੀ ਜਦੋਂ ਇਹ ਮਾਮਲਾ ਹੁੰਦਾ ਉਦੋਂ ਸਾਨੂੰ ਪਤਾ ਕਿਵੇਂ ਲੱਗਦਾ ਵੀ ਕਿੱਥੇ ਪੈਰੀ ਤੇ ਕਿੱਧਰੋਂ ਪੈਰੀ ਤੇ ਕਿਹਨੇ ਮਾਰਿਆ ਤੇ ਸੋਟਾ ਮਾਰਿਆ ਕਿ ਕੁਹਾੜੀ ਮਾਰੀ ਹੈ ਕਿ ਫਾਇਰ ਮਾਰਿਆ, ਬਾ ਕੋਈ ਝੂਠ ਲਿਖਿਆ ਗਿਆ ਕੋਈ ਸੱਚ ਲਿਖਿਆ ਗਿਆ ਫਿਰ ਉੱਥੇ ਤਾਂ ਗਵਾਹ ਫਿਰ ਜਿਹੜੇ ਦੇਖ ਰਹੇ ਆ ਉਹ ਜਦੋਂ ਗਵਾਹ ਦੇਖ ਜੋ ਰਹੇ ਉਹ ਦੱਸ ਨਹੀਂ ਸਕਦੇ ਹੈਗੇ, ਉਹ ਜਾਂ ਮੁਦਾਖਲਤ ਕਰਕੇ ਸੁਣਾ ਨਹੀਂ ਸਕਦੇ ਹੈਗੇ ਮੁਦਾਖਲਤ ਕਰਕੇ ਕੋਈ ਨਹੀਂ, ਉਹ ਸਿਰਫ ਦੇਖ ਹੀ ਰਹੇ ਆ ਵੀ ਕਿੱਥੇ ਕਿਹੜਾ ਕਿਹਨੂੰ ਮਾਰਿਆ ਕਿੱਥੇ ਕਿਹੜਾ ਕਿਹਨੂੰ ਮਾਰਿਆ, ਗਵਾਹ ਕੋਲ ਹੁੰਦੇ ਵੀ ਨਹੀਂ ਐਵੇਂ ਧੱਕੇ ਨਾ ਬਣਾ, ਯਾਰ ਉਹ ਤਾਂ ਇਹੀ ਤਾਂ ਗੱਲ ਮੈਂ ਕਹਿੰਦਾ ਗਵਾਹ ਕੋਲ ਹੀ ਹੁੰਦੇ ਉਹ ਤਾਂ ਧੱਕੇ ਨਾ, ਅਦਾਲਤ ਨੂੰ ਦੇਖਣਾ ਤਾਂ ਇਹ ਚਾਹੀਦਾ ਨਾ ਵੀ ਜਦੋਂ ਇੱਕ ਬੰਦਾ ਜ਼ਖਮੀ ਹੋਇਆ ਵਾ ਠੀਕ ਹੋਇਆ, ਉਹ ਕਹਿੰਦੇ ਨਹੀਂ ਜੀ ਐਟੀਟਿਊਡ ਕਰੋ ਕਿਹੜੇ ਨੇ ਕਿੱਥੇ ਮਾਰਿਆ ਕਿਹੜੇ ਨੇ ਕਿੱਥੇ ਮਾਰਿਆ ਕਿਹੜੇ ਨੂੰ ਕਿੱਥੇ ਜ਼ਖਮ ਆਇਆ ਉਹਦੇ ਮੁਤਾਬਕ ਸਜ਼ਾ ਫਿਰ ਦਿਓ, ਤੇ ਸ਼ੱਕ ਤਾਂ ਥੋੜ੍ਹਾ ਜਿਹਾ ਵੀ ਫਾਇਦਾ ਹੋ ਜਾਵੇ ਮੁਲਜ਼ਮ ਨੂੰ ਬਹੁਤ ਬਰੀ ਹੋ ਜਾਂਦਾ, ਥੋੜ੍ਹਾ ਜਿਹਾ ਵੀ ਮਾੜਾ ਜੀ ਬੜੀ ਮਿਹਰਬਾਨੀ ਅੱਲਾ ਰੱਖਾ ਸਾਹਿਬ, ਮਸਲਾ ਹੈ ਨਾ ਜੀ ਇੱਕ ਕਹਿੰਦਾ ਮੈਂ ਤਾਂ ਗੋਡੇ ਤੇ ਮਾਰਿਆ ਉਹਦਾ ਲਿਖਿਆ ਗਿਆ ਵੀ ਇਹਨੇ ਗੋਡੇ ਤੇ ਮਾਰਿਆ ਤੁਹਾਡਾ, ਉਹ ਕਹਿੰਦਾ ਗੋਡੇ ਦਾ ਮੇਰੇ ਕੋ ਨਿਆਂ ਲੈ ਲਓ ਮੈਂ ਤਾਂ ਗੋਡੇ ਤੇ ਮਾਰਿਆ ਹੀ ਨਹੀਂ ਮਾਰਿਆ ਉਹਨੇ ਸਿਰ 'ਚ ਲੋ ਜੀ ਉਹ ਛੁੱਟ ਗਿਆ। ਅੱਛਾ ਜੀ ਤੁਸੀਂ ਇਹ ਦੱਸੋ ਵੀ ਆਪਣੇ ਪਿੰਡ ਦੇ ਵਿੱਚ ਚੜ੍ਹਦੇ ਪੰਜਾਬ ਤੋਂ ਬੜੇ ਹੀਰੋ ਆਏ ਆ ਫਿਲਮਾਂ ਦੀ ਰਿਕਾਰਡਿੰਗ ਹੋ ਰਹੀ ਆ ਕੈਸਾ, ਇਹਨਾਂ ਤੋਂ ਹੀ ਸੁਣ ਕੇ ਆਏ ਆ ਸਾਨੂੰ ਪਤਾ ਹੀ ਕੋਈ ਨਹੀਂ ਸੀ ਕਾਲ ਕੀਤੀ ਤੇ ਪਤਾ ਲੱਗਾ
तहसील जीरा मंडी मोगा पिंड खोसे पिंड खोसे मंडी मोगा मोगा मंडी तहसील जीरा जिला रौनक लगिया रमे शाह अदाकार आए जी बहुत प्यारा लग्या सुनिया भजे आए कुमारी मोटरसाइकिल तशरीफ लैके आए जी ये साडा ब्लॉग बन गया अगे गां जे को होर ना वड़या ते होर असी बना लांगे साडी फिल्म दी शूटिंग पूरी हो गई ते हुण चतरौल सिंह कारीगर साहब ते उहनां दी टीम जाण लगी है जी लैलपुर नूं गां फिर कोई होर फिल्म होई ते फिर देखांगे आ जाओ मिल लो कमलजीत सुखी भाई कमलजीत साडे जी कैमरामैन सी इंटरनेशनल कैमरामैन इंडिया चो ओदा इंटरनेशनल आपी हो गया ठीक लगया बहुत वधिया जी जिंदे वास्ते रहो जी ਤੁਹਾਡੀ ਕੈਮਰਾਮੈਨ ਨੂੰ ਮੰਨ ਗਏ ਤੁਸੀਂ ਜਦੋਂ ਫਿਲਮ ਦੇਖੋਗੇ ਨਾ ਸਾਂਝਾ ਪੰਜਾਬ ਤੁਸੀਂ ਹੈਰਾਨ ਹੋ ਜਾਓਗੇ ਬਾਈ ਦੀ ਕੈਮਰਾਮੈਨੀ ਤੋਂ ਪੂਰੀ ਦੁਨੀਆ ਦੇ ਵਿੱਚ ਜਿਉਂਦੇ ਵਰਦਰ ਹਾਂਜੀ ਕਮਲਜੀਤ ਸਾਹਿਬ ਜੀ ਕਮਲਜੀਤ ਸਾਹਿਬ ਜੀ ਇਸ ਫਿਲਮ ਦੇ ਵਿੱਚ ਇਹਨਾਂ ਦੀ ਪੱਗ ਨਹੀਂ ਸੀ ਉਂਝੇ ਪੱਗ ਲਾਂਦੇ ਨਹੀਂ ਇਸ ਫਿਲਮ ਦੇ ਵਿੱਚ ਇਹਨਾਂ ਨੇ ਪੱਗ ਪਾਣੀ ਨਹੀਂ ਸੀ ਤਾਂ ਕਰਕੇ ਫਿਰ ਪੱਗ ਪਾਈ ਨਹੀਂ ਅਸੀਂ ਵੀ ਆ ਰਹੇ ਹਾਂ ਕਿ ਨੀਰੇ ਕਮਲਜੀਤ ਸਾਹਿਬ ਆ ਗਏ ਆ ਗਏ ਇੰਤਜ਼ਾਰ ਹੈ ਜੀ ਬਹੁਤ ਸਾਥ ਦਿਆ ਬੜੀ ਸੋਹਣੀ ਫਿਲਮ ਦੱਸ ਸਾਂਝਾ ਪੰਜਾਬ ਕੀ ਹੈ ਕੀ ਗੱਲ ਫੈਮਿਲੀ ਸਾਨੂੰ ਪਤਾ ਫੈਮਿਲੀ ਸੀਰੀਜ਼ ਚੱਲ ਰਹੀ ਹੈ ਫੈਮਿਲੀ 420 ਤੋਂ ਲੈ ਕੇ ਆਪਾਂ 440 ਤੱਕ ਪਹੁੰਚ ਗਏ ਇਹ 440 ਹੈ ਇਹ 440 ਹੈ ਸਾਂਝਾ ਹੋਇਆ 4 ਸਾਲਾਂ ਦੇ ਵਿੱਚ 20 ਫਿਲਮਾਂ ਹੋ ਗਈਆਂ ਮਾਸ਼ਾਅੱਲਾ ਜਿਉਂਦੇ ਵਾਸਤੇ ਰੋ ਰੱਬ ਤੁਹਾਨੂੰ ਹੋਰ 20 ਸਾਲ ਬਹੁਤ ਨਹੀਂ 80 ਚਲੋ ਰੱਬ ਹੋਰ 80 ਸਾਲ ਪਜਾਵੇ ਤੇ 440 ਵੋਲਟ ਤੋਂ ਇਹ 4040 ਤੱਕ ਚੱਲੇ ਵਾਹ ਜੀ 220 ਵੋਲਟ ਤੇ ਸੁਣਿਆ ਸੀ बड़े मशहूर एक्टर जी दुनिया जान दी साडे चढ़दे पंजाब तो आए हुए जी ते इन्हां ने SDO बने सी SDO बने सीगा जी बिजली बोर्ड दा जिउंदे वास्ते बहुत चंगा लगे राणा जवाब साहब साडे नाल आ जी असीं इन्हां नूं अलविदा करन लगे आ जी मिल मिलाप हो गया गां जी अगली फिल्मां दे विच हो गया अगलियां टाकरा हो गया अल्लाह हाफिज़ अस्सलाम वालेकुम जी साडे कोल बैठे जी इमरान बोगी साहब बैठे तो असद साहब बैठे शफकत साहब तीन बंदे जी जिहड़े उमरा करके आए इन्हां नूं उमरे दी मुबारक हो जी तुहानूं ते मियां काशिफ साहब बैठे जी लैलपुर तों आसिफ खान साहब बैठे जी लैलपुर तो मियां बाबर साहब बैठे जी फैसलाबाद साहब तो साडे मेहमान आ जी ते साडे को आए सी इत्थे ओह बाइनासिटी लुहणी भी सी गुरचेत होणी सी ओह चले गए जी ते असीं गप शप कर रहे हैं जी इन्हां दी मेहरबानी ये खसूसी तौर ते टाइम कढ के आए सारे मसरूफ बंदे हैं जी